ਸਲਾਮ ਅਲੈਕਮ ਜੀ ਸਾਰੇ ਵੀਰਾਂ ਦੇ ਕੀ ਹਾਲ ਉਮੀਦ ਹੈ ਸਭ ਠੀਕ ਹੋਣਗੇ ਤੁਹਾਡਾ ਦੂਸਰਾ ਨਾਸਰ ਮੈਂ ਤੁਸੀਂ ਵੇਰੇ ਨਾਸਰ ਟੈਕਟ ਯੂਟਿਊਬ ਚੈਨਲ 285 ਇਰਾਨੀ ਦੀ ਮੈਂ ਫੋਟੋਆਂ ਦੀ ਵੀਡੀਓ ਬਣਾਈ ਸੀ ਇਸ ਟਾਈਮ ਕਾਫੀ ਦੋਸਤਾਂ ਨੇ ਮੈਨੂੰ ਇਹਦੀ ਡਿਮਾਂਡ ਕੀਤੀ ਸੀ ਅਤੇ ਮਜ਼ੀਦ ਮੈਨੂੰ ਇਹਦੇ ਉੱਤੇ ਆਉਣਾ ਪਿਆ ਇਹ ਟਰੈਕਟਰ ਦੀ ਕੰਡੀਸ਼ਨ ਹੈ ਮੈਂ ਕਿਹਾ ਅੱਛੀ ਤਰ੍ਹਾਂ ਚੈੱਕ ਕਰ ਲਓ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦਾ ਜੇ ਤਾਂ ਸਾਫ਼ ਸੁਥਰੀ ਕੰਡੀਸ਼ਨ ਦੇ ਜੇ ਟਰੈਕਟਰ ਜੈਨੂਅਨ ਹਾਲਤ ਦੇ ਵਿੱਚ ਨੇ ਇਹ ਵੇਖ ਸਕਦੇ ਹੋ ਵੱਡੀ ਬੈਟਰੀ ਜਾਲੀ ਬਿਲਕੁਲ ਨਵੀਂ ਹੈ ਇਹ ਵੇਖ ਸਕਦੇ ਹੋ ਜਾਲੀਆਂ ਜੁੜੀਆਂ ਕੋਈ ਸ਼ਾਇਦ ਲਈ ਬਦਲੀ ਨਹੀਂ ਜੇ ਵੇਖ ਸਕਦੇ ਹੋ ਥੋੜ੍ਹੇ ਜਿਹੇ ਰੇਟ ਦੇ ਵਿੱਚ ਵੱਡੇ ਟਰੈਕਟਰ ਤੁਹਾਨੂੰ ਪਤਾ 30-30, 32-32 ਲੱਖ ਰੁਪਏ ਦੇ ਹੋ ਗਏ ਨੇ ਇਹ ਪੁਰਾਣੇ ਮਾਡਲ ਨੇ ਤੇਲ ਦੀ ਐਵਰੇਜ ਬਹੁਤ ਚੰਗੀ ਵਿਲਾਇਤੀ ਟਰੈਕਟਰ ਜੇ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦਾ ਸਕਰੀਨ 'ਤੇ ਨੰਬਰ ਆ ਰਿਹਾ ਰਾਬਤਾ ਕਰ ਸਕਦੇ ਹੋ ਇਹ ਟਾਇਰਾਂ ਦੀ ਕੰਡੀਸ਼ਨ ਜੇ ਰਿਮ ਵੇਖ ਸਕਦੇ ਹੋ ਆਪਣੇ ਰੰਗ ਢੰਗ 'ਚ ਕਿਧਰੇ ਕਲਮ ਨਹੀਂ ਲੱਗੇ ਟੁੱਟ ਭੰਨ ਕਿਸੇ ਜਗ੍ਹਾ 'ਤੇ ਨਹੀਂ ਆਏਗੀ ਇਹ ਟੁੱਪਾਂ ਛੁੱਪਾਂ ਦਾ ਜੇ ਵੇਖ ਸਕਦੇ ਨੱਕੇ ਛੱਕੇ ਸਾਫ਼ ਨੇ ਜੈਨੂਅਨ ਹਾਲਤ ਹੈ ਜੇ ਟਰੈਕਟਰ ਮਕੈਨੀਕਲ ਇਹ ਵੱਲ ਆਉਣਗੇ ਇੱਕ ਟਰੈਕਟਰ ਇਹ ਜੇ ਦੋ ਟਰੈਕਟਰ ਇਸੇ ਕੰਡੀਸ਼ਨ ਦੇ ਸੇਮ ਪ੍ਰਾਈਸਿਸ ਵੀ ਹੋਣਗੀ ਇਹਨਾਂ ਦੀ ਅਤੇ ਕੰਡੀਸ਼ਨ ਵੀ ਸੇਮ ਹੀ ਜੇ ਅਤੇ ਟਾਇਰ ਥੋੜ੍ਹੇ ਜਿਹੇ ਇਸ ਤੋਂ ਵੱਧ ਜੇ ਬਾਕੀ ਵੇਖ ਸਕਦੇ ਹੋ ਇਹ ਟਰੈਕਟਰ ਜੇ ਮੈਂ ਤਾਂ ਸਟਾਰਟ ਕਰਕੇ ਚੈੱਕ ਕੀਤਾ ਇੰਜਣ ਗੇਅਰ ਹਿੱਸੇ ਦੇ ਚੰਗੇ ਜੇ ਬਾਕੀ 12-12 ਲੱਖ ਰੁਪਈਆ ਡਿਮਾਂਡ ਕਰਦੇ ਜੇ ਮੌਕੇ 'ਤੇ ਵਾਧੇ ਘਾਟੇ ਹੋਣੇ ਜੇ ਕੋਈ 11-11 ਦੇ ਅੱਗੇ ਪਿੱਛੇ ਟਰੈਕਟਰ ਲੱਭਣੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦਾ ਵੱਡਾ ਟਰੈਕਟਰ ਜੇ ਇਹ ਹੁਣ ਗਾਜ਼ੀ ਲੈਣ ਨਿਕਲੇ ਸੀ ਅਤੇ ਰਸਤੇ ਦੇ ਵਿੱਚ ਇਹ ਵੀ ਟਰੈਕਟਰ ਆਇਆ ਸੀ ਅਤੇ ਮੈਂ ਕਿਹਾ ਦੋਸਤਾਂ ਨਾਲ ਸ਼ੇਅਰ ਕਰ ਲਈ ਗਾਜ਼ੀ 3-4 ਮਾਡਲ ਜਿਹੜਾ 11-12 ਲੱਖ ਰੁਪਈਆ ਮੰਗਦੇ ਨੇ ਅਤੇ ਵੱਡਾ ਟਰੈਕਟਰ ਜੇ ਅਤੇ ਇਰਾਨੀ 285 ਜਿੰਨਾ ਚਲਾਇਆ ਨੇ ਉਹਨਾਂ ਮੇਰੇ ਵੀਰਾਂ ਨੂੰ ਪਤਾ ਹੋਵੇ ਬਹੁਤ ਅੱਛੀ ਇਹਨਾਂ ਦੀ ਫਿਊਲ ਐਵਰੇਜ ਵੀ ਹੁੰਦੀ ਹੈ ਬਹੁਤ ਚੰਗੇ ਟਰੈਕਟਰ ਨੇ ਵੇਖ ਸਕਦੇ ਮਾਰਕ ਉੱਤੋਂ ਪਟੀ ਗਏ ਨੇ ਕਿਉਂਕਿ ਕਾਫੀ ਦੇਰ ਖਲੋਤੇ ਰਹੇ ਨੇ ਬਹੁਤ ਚੰਗੀ ਕੰਡੀਸ਼ਨ ਹੈ ਜੇ ਕਿਸੇ ਵੀਰ ਨੂੰ ਚਾਹੀਦਾ ਅਰਜੈਂਟ ਰਾਬਤਾ ਕਰ ਲਵੇ ਪਹਿਲੇ ਵੀ ਹੋਰ ਵੀ ਕਾਫੀ ਦੋਸਤਾਂ ਦੀ ਡਿਮਾਂਡ ਹੈ 3 ਦਾਣੇ ਜੇ 3 ਟਰੈਕਟਰ ਜੇ ਜਿਹੜੇ ਮੇਰੇ ਭਰਾ ਨੂੰ ਚਾਹੀਦਾ ਅਤੇ ਦੱਸਦੀਓ ਫੋਨ 'ਤੇ ਰਾਬਤਾ ਕਰਕੇ ਲੋਕੇਸ਼ਨ ਵਗੈਰਾ ਹਰ ਚੀਜ਼ ਉਹਨੂੰ ਡਨ ਕਰਵਾ ਦਿਆਂਗੇ ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰਨ ਨਾਲ ਘੰਟੇ ਵਾਲੇ ਨਿਸ਼ਾਨ ਨੂੰ ਦਬਾਉਣਾ ਤਾਂ ਕਿ ਹਰ ਨਹੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਲਾ ਹਾਫਿਜ਼